ਇਹ ਮਾਰਿਆ ਨੀ ਜੀ, ਇਹ ਸਾਡੇ ਖੇਤਾਂ ਚ ਕੁੱਤਿਆਂ ਮਾਰਿਆ, ਕੁੱਤਿਆਂ ਨੇ ਮਾਰਿਆ ਉਹਦੇ ਉੱਥੇ ਫਿਰ ਚੱਕਿਆ ਗਿਆ ਸੀ ਉੱਥੇ ਮੌਕੇ ਤੇ ਸਾਡੇ ਖੇਤਾਂ ਚ ਜਿਹੜੀ ਰਾਖੀ ਕਰਦੇ ਸੀ ਉੱਥੇ ਖੇਤਾਂ ਨਾਲ। ਕਿਹੜੇ ਪਿੰਡ ਤੋਂ ਤੁਸੀਂ? ਸਾਡਾ ਪਿੰਡ ਨੰਗਲ ਦੇ ਕੋਲ ਹੀ ਹੈ ਜੀ, ਪਿੰਡ ਛੁੱਟਿਆ। ਇਹ ਫਿਰ ਕੁੱਤਿਆਂ ਨੇ ਮਾਰਿਆ, ਤੁਸੀਂ ਸਾਫ ਵੀ ਕਰਨ ਲੱਗੇ ਤੇ? ਇਹ ਉਹ ਫਿਰ ਰਾਤ ਮਰਿਆ ਵਾ ਤਾਂ ਨਾ ਤੁੱਪਿਆ ਵਾ ਜੀ, ਪਿੱਛੋਂ ਆਇਆ ਪਤਾ ਨੀ ਕਿੱਧਰੋਂ ਆਇਆ ਜੀ। ਤੁਸੀਂ ਦੋਏ ਜਾਣੇ ਸੀ, ਹੋਰ ਵੀ ਸੀ? ਦੋਏ ਤੇ। ਕੀ ਨਾਮ ਹੈ ਦੋਨਾਂ ਦਾ? ਮੇਰਾ ਮੋਹਿਤ ਕੁਮਾਰ ਹੈ ਜੀ, ਸੁਖਦੇਵ ਸਿੰਘ। ਕਿਹੜਾ ਪਿੰਡ ਹੈ ਆਪਣਾ? ਛੁੱਟੇ ਵਾਲੇ ਜੀ। ਇਹ ਜੰਗਲੀ ਜੂ, ਜੰਗਲੀ ਸੂਰ ਆ ਜੀ, ਜੰਗਲੀ ਸੂਰ ਜਾਨਵਰ। ਇਹ ਜੰਗਲ ਆਪਣੇ ਛੋਟੇ ਵਾਲ ਦਾ ਪੋਲਟਰੀ ਫਾਰਮ ਸੀ ਇਹਦਾ, ਬੰਦੇ ਦਾ ਮੋਹਿਤ ਕਾ, ਮੋਹਿਤ ਦਾ। ਉੱਥੇ ਸਾਨੂੰ ਸੀਐਡੀ ਮਿਲੀ ਵੀ ਕਿਸੇ ਬੰਦੇ ਸ਼ਿਕਾਰ ਕਰਕੇ ਅਤੇ ਉੱਥੇ ਸਾਫ ਕਰ ਰਹੇ ਆ, ਅਤੇ ਅਸੀਂ ਮੌਕੇ 'ਤੇ ਫੜ ਕੇ ਜਾ ਕੇ ਦੇਖਿਆ ਬੰਦੇ ਜੰਗਲ ਸੂਰ ਦੀ ਸਫਾਈ ਕਰ ਰਹੇ ਸੀਗੇ, ਕੱਟ ਵੱਟ ਕਰ ਰਹੇ ਸੀਗੇ। ਅਤੇ ਅਸੀਂ ਮੌਕੇ 'ਤੇ ਜਾ ਕੇ ਗ੍ਰਿਫਤਾਰ ਕੀਤਾ ਇਹਨਾਂ ਨੂੰ। ਦੋ ਬੰਦੇ ਸੀ, ਮੋਹਿਤ ਕੁਮਾਰ ਅਤੇ ਸੁਖਦੇਵ ਸਿੰਘ, ਦੋ ਬੰਦੇ ਸੀ। ਅੱਗੇ ਕਿਹੜੀ ਕਾਰਵਾਈ ਕਰ ਰਹੇ ਹੋ? ਅੱਗੇ ਅਸੀਂ ਸਾਡੇ ਐਕਟ ਸਾਡਾ 1972 ਦਾ, ਉਹਦੇ ਤਹਿਤ ਅਸੀਂ ਅੰਡਰ ਸੈਕਸ਼ਨ 9-9-49-51 ਅਮੈਂਡਮੈਂਟ 222 ਦੇ ਤਹਿਤ ਅਸੀਂ ਇਹਨਾਂ ਨੂੰ ਕੋਰਟ 'ਚ ਪੇਸ਼ ਕਰਾਂਗੇ ਸਵੇਰੇ ਜੀ। ਇਹ ਮਾਰਿਆ ਨੀ ਜੀ, ਇਹ ਸਾਡੇ ਖੇਤਾਂ ਕੁੱਤਿਆਂ ਮਾਰਾ, ਕੁੱਤਿਆਂ ਨੇ ਮਾਰਿਆ ਉਹਦੇ ਉੱਥੇ ਫਿਰ ਚੱਕਿਆ ਗਿਆ ਸੀ ਉੱਥੇ ਮੌਕੇ ਤੇ ਸਾਡੇ ਖੇਤਾਂ 'ਚ ਜਿਹੜੀ ਰਾਖੀ ਕਰਦੇ ਸੀ ਉੱਥੇ ਖੇਤਾਂ ਨਾਲ। ਕਿਹੜੇ ਪਿੰਡ ਤੋਂ ਤੁਸੀਂ? ਸਾਡਾ ਪਿੰਡ ਨੰਗਲ ਦੇ ਕੋਲ ਹੀ ਹੈ ਜੀ, ਪਿੰਡ ਛੁੱਟੇ ਵਾਲਾ। ਇਹ ਫਿਰ ਕੁੱਤਿਆਂ ਨੇ ਮਾਰਿਆ, ਤੁਸੀਂ ਸਾਫ ਵੀ ਕਰਨ ਲੱਗੇ ਤੇ? ਇਹ ਉਹ ਫਿਰ ਰਾਤ ਮਰਿਆ ਵਾ ਤਾਂ ਨਾ ਤੁੱਪਿਆ ਵਾ ਜੀ, ਪਿੱਛੋਂ ਆਇਆ ਪਤਾ ਨੀ ਕਿੱਧਰੋਂ ਆਇਆ ਜੀ। ਤੁਸੀਂ ਦੋਏ ਜਾਣੇ ਸੀ, ਹੋਰ ਵੀ ਸੀ? ਦੋਏ ਦੋਏ ਤੇ। ਕੀ ਨਾਮ ਹੈ ਦੋਨਾਂ ਦਾ? ਮੇਰਾ ਮੋਹਿਤ ਕੁਮਾਰ ਹੈ ਜੀ, ਸੁਖਦੇਵ ਸਿੰਘ। ਕਿਹੜਾ ਪਿੰਡ ਹੈ ਆਪਣਾ? ਛੁੱਟੇ ਵਾਲੇ ਜੀ। ਇਹ ਜੰਗਲੀ ਜੂ, ਜੰਗਲੀ ਸੂਰ ਆ ਜੀ, ਜੰਗਲੀ ਸੂਰ ਜਾਨਵਰ। ਇਹ ਜੰਗਲ ਆਪਣੇ ਛੋਟੇ ਵਾਲ ਦਾ ਪੋਲਟਰੀ ਫਾਰਮ ਸੀ ਇਹਦਾ, ਬੰਦੇ ਦਾ ਮੋਹਿਤ ਕਾ, ਮੋਹਿਤ ਦਾ। ਉੱਥੇ ਸਾਨੂੰ ਸੀਐਡੀ ਮਿਲੀ ਵੀ ਕਿਸੇ ਬੰਦੇ ਸ਼ਿਕਾਰ ਕਰਕੇ ਅਤੇ ਉੱਥੇ ਸਾਫ ਕਰ ਰਹੇ ਆ, ਅਤੇ ਅਸੀਂ ਮੌਕੇ 'ਤੇ ਫੜ ਕੇ ਜਾ ਕੇ ਦੇਖਿਆ ਬੰਦੇ ਜੰਗਲ ਸੂਰ ਦੀ ਸਫਾਈ ਕਰ ਰਹੇ ਸੀਗੇ, ਕੱਟ ਵੱਟ ਕਰ ਰਹੇ ਸੀਗੇ। ਅਤੇ ਅਸੀਂ ਮੌਕੇ 'ਤੇ ਜਾ ਕੇ ਗ੍ਰਿਫਤਾਰ ਕੀਤਾ ਇਹਨਾਂ ਨੂੰ। ਦੋ ਬੰਦੇ ਸੀ, ਮੋਹਿਤ ਕੁਮਾਰ ਅਤੇ ਸੁਖਦੇਵ ਸਿੰਘ, ਦੋ ਬੰਦੇ ਸੀ। ਅੱਗੇ ਕਿਹੜੀ ਕਾਰਵਾਈ ਕਰ ਰਹੇ ਹੋ? ਅੱਗੇ ਅਸੀਂ ਸਾਡੇ ਐਕਟ ਸਾਡਾ 1972 ਦਾ, ਉਹਦੇ ਤਹਿਤ ਅਸੀਂ ਅੰਡਰ ਸੈਕਸ਼ਨ 9-9-49-51 ਅਮੈਂਡਮੈਂਟ 222 ਦੇ ਤਹਿਤ ਅਸੀਂ ਇਹਨਾਂ ਨੂੰ ਕੋਰਟ 'ਚ ਪੇਸ਼ ਕਰਾਂਗੇ ਸਵੇਰੇ ਜੀ। ਇਹ ਮਾਰਿਆ ਨੀ ਜੀ, ਇਹ ਸਾਡੇ ਖੇਤਾਂ ਕੁੱਤਿਆਂ ਮਾਰਾ, ਕੁੱਤਿਆਂ ਨੇ ਮਾਰਿਆ ਉਹਦੇ ਉੱਥੇ ਫਿਰ ਚੱਕਿਆ ਗਿਆ ਸੀ ਉੱਥੇ ਮੌਕੇ ਤੇ ਸਾਡੇ ਖੇਤਾਂ 'ਚ ਜਿਹੜੀ ਰਾਖੀ ਕਰਦੇ ਸੀ ਉੱਥੇ ਖੇਤਾਂ ਨਾਲ। ਕਿਹੜੇ ਪਿੰਡ ਤੋਂ ਤੁਸੀਂ? ਸਾਡਾ ਪਿੰਡ ਨੰਗਲ ਦੇ ਕੋਲ ਹੀ ਹੈ ਜੀ, ਪਿੰਡ ਛੁੱਟੇ ਵਾਲਾ। ਇਹ ਫਿਰ ਕੁੱਤਿਆਂ ਨੇ ਮਾਰਿਆ, ਤੁਸੀਂ ਸਾਫ ਵੀ ਕਰਨ ਲੱਗੇ ਤੇ? ਇਹ ਉਹ ਫਿਰ ਰਾਤ ਮਰਿਆ ਵਾ ਤਾਂ ਨਾ ਤੁੱਪਿਆ ਵਾ ਜੀ, ਪਿੱਛੋਂ ਆਇਆ ਪਤਾ ਨੀ ਕਿੱਧਰੋਂ ਆਇਆ ਜੀ। ਤੁਸੀਂ ਦੋਏ ਜਾਣੇ ਸੀ, ਹੋਰ ਵੀ ਸੀ? ਦੋਏ ਦੋਏ ਤੇ। ਕੀ ਨਾਮ ਹੈ ਦੋਨਾਂ ਦਾ? ਮੇਰਾ ਮੋਹਿਤ ਕੁਮਾਰ ਹੈ ਜੀ, ਸੁਖਦੇਵ ਸਿੰਘ। ਕਿਹੜਾ ਪਿੰਡ ਹੈ ਆਪਣਾ? ਛੁੱਟੇ ਵਾਲੇ ਜੀ। ਇਹ ਜੰਗਲੀ ਜੂ, ਜੰਗਲੀ ਸੂਰ ਆ ਜੀ, ਜੰਗਲੀ ਸੂਰ ਜਾਨਵਰ। ਇਹ ਜੰਗਲ ਆਪਣੇ ਛੋਟੇ ਵਾਲ ਦਾ ਪੋਲਟਰੀ ਫਾਰਮ ਸੀ ਇਹਦਾ, ਬੰਦੇ ਦਾ ਮੋਹਿਤ ਕਾ, ਮੋਹਿਤ ਦਾ। ਉੱਥੇ ਸਾਨੂੰ ਸੀਐਡੀ ਮਿਲੀ ਵੀ ਕਿਸੇ ਬੰਦੇ ਸ਼ਿਕਾਰ ਕਰਕੇ ਅਤੇ ਉੱਥੇ ਸਾਫ ਕਰ ਰਹੇ ਆ, ਅਤੇ ਅਸੀਂ ਮੌਕੇ 'ਤੇ ਫੜ ਕੇ ਜਾ ਕੇ ਦੇਖਿਆ ਬੰਦੇ ਜੰਗਲ ਸੂਰ ਦੀ ਸਫਾਈ ਕਰ ਰਹੇ ਸੀਗੇ, ਕੱਟ ਵੱਟ ਕਰ ਰਹੇ ਸੀਗੇ। ਅਤੇ ਅਸੀਂ ਮੌਕੇ 'ਤੇ ਜਾ ਕੇ ਗ੍ਰਿਫਤਾਰ ਕੀਤਾ ਇਹਨਾਂ ਨੂੰ। ਦੋ ਬੰਦੇ ਸੀ, ਮੋਹਿਤ ਕੁਮਾਰ ਅਤੇ ਸੁਖਦੇਵ ਸਿੰਘ, ਦੋ ਬੰਦੇ ਸੀ। ਅੱਗੇ ਕਿਹੜੀ ਕਾਰਵਾਈ ਕਰ ਰਹੇ ਹੋ? ਅੱਗੇ ਅਸੀਂ ਸਾਡੇ ਐਕਟ ਸਾਡਾ 1972 ਦਾ, ਉਹਦੇ ਤਹਿਤ ਅਸੀਂ ਅੰਡਰ ਸੈਕਸ਼ਨ 9-9-49-51 ਅਮੈਂਡਮੈਂਟ 222 ਦੇ ਤਹਿਤ ਅਸੀਂ ਇਹਨਾਂ ਨੂੰ ਕੋਰਟ 'ਚ ਪੇਸ਼ ਕਰਾਂਗੇ ਸਵੇਰੇ ਜੀ। ਧੰਨਵਾਦ।